ये काले कानून है अब बनने शुरू कितों हुए 1992 आज जो सात चीफ मिनिस्टर की मीटिंग कमेटी बनाई गई जिसे पंजाब का कैप्टन अमरिंदर सिंह मध्य प्रदेश का अमरनाथ किसी को नहीं पता चला सालों की यार मीटिंग चल रही कानून कितों बन रहा है कानून बनता है पार्लियामेंट पार्लियामेंट कैबिनेट कानून नहीं बनते जो कैबिनेट आया पहले असि हरसिमरत ने उन्होंने क्या उन्होंने कि जी आज पास करने पहले पहले स्टेक होल्डर को पूछो उन्होंने की किया जो सिमरत ने उन्होंने हाउस किया थोड़े सामने प्रधानमंत्री सामने मैं थोड़े सामने कह रहा उदो क्या मंत्रियों उन्होंने की किया कहते जी आता एक प्रपोजल है ਤੁਸੀਂ ਕਿਸਾਨਾਂ ਕੋਲੇ ਜਾਓ ਪੁੱਛੋ ਕੀ ਚਾਹੀਦਾ ਅਸੀਂ ਸਾਰਾ ਕੁਝ ਜੋੜ ਲਾਂਗੇ ਤੁਹਾਨੂੰ ਯਾਦ ਹੋਣਾ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਤੋਂ ਆਪ ਮਿਲ ਕੇ ਫਿਰ ਮੈਨੂੰ ਪੁੱਛਿਆ ਕੀ ਚਾਹੁੰਦੇ ਮੈਨੂੰ ਲਿਸਟ ਦਿੰਦੇ ਸੀ ਪਹਿਲੇ ਛੋਟੀ ਲਿਸਟ ਮੈਂ ਲੈ ਕੇ ਗਿਆ ਕਹਿੰਦੇ ਆਹ ਕਰ ਸਕਦੇ ਫਿਰ ਮੈਂ ਆਉਂਦਾ ਜਾਂਦਾ ਕਿਉਂਕਿ ਅਸੀਂ ਅਲਾਇੰਸ ਦੇ ਪਾਰਟਨਰ ਹੈ ਸਾਨੂੰ ਉਦੋਂ ਕੀ ਪਤਾ ਸੀ ਕਿਹੜਾ ਕੀ ਹੈ ਮੈਂ ਅਸੀਂ ਕੋਸ਼ਿਸ਼ ਕੀਤੀ ਕਿ ਜੋ ਭਾਵਨਾ ਹੈ ਉਹ ਪੂਰੀ ਕਰਾਂ ਗੱਲਾਂ ਚੱਲਦੀਆਂ ਰਹੀਆਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਕਾਨੂੰਨ ਨਾ ਬਣਾਇਓ ਜਦੋਂ ਤੱਕ ਅਸਹਿਮਤ ਨਹੀਂ ਜਦੋਂ ਇੱਕਦਮ ਹੀ ਸੈਸ਼ਨ ਆ ਗਿਆ ਜਿਵੇਂ ਵਿੰਟਰ ਸੈਸ਼ਨ ਆਉਂਦਾ ਅਸੀਂ ਦੇਖਿਆ ਰਿਕਾਰਡ ਦੇ ਵਿੱਚ ਕਿ ਕਾਨੂੰਨ ਪਾਰਲੀਮੈਂਟ ਦੇ ਐਕਟ ਦੇ ਵਿੱਚ ਆ ਗਿਆ ਮੈਂ ਜਿਹੜਾ ਪੰਜਾਬ ਸਾਹਿਬ ਸੀ ਤੇ ਉਹਨਾਂ ਸੇ ਚੰਦੂ ਮਾਰਾ ਅਸੀਂ ਕਹਿ ਰਹੇ ਹਾਂ ਅੱਜ ਦਾ ਪ੍ਰਸਾਰ ਪਾਰਲੀਮੈਂਟ ਐਕਟ ਨਹੀਂ ਆਉਣਾ ਚਾਹੀਦਾ ਜਦੋਂ ਤੱਕ ਸਾਰੀ ਸਹਿਮਤੀ ਨਹੀਂ ਉਹ ਕਹਿੰਦੇ ਦੇਖਦੇ ਹਾਂ ਪਰ ਜਦੋਂ ਆ ਗਿਆ ਉਹਦੇ ਵਿੱਚ ਉਹ ਅਸੀਂ ਕਿਹਾ ਫਿਰ ਅਸੀਂ ਨਹੀਂ ਰਹਿ ਅਸੀਂ ਉਹ ਕਹਿਤਾ ਸੀ ਕਹਿੰਦਾ ਜੀ ਧੱਕਾ ਕਰੋ ਫਿਰ ਅਸੀਂ ਨਹੀਂ ਰਹਿ ਅਸੀਂ ਉੱਥੇ ਸੈਸ਼ਨ ਦੇ ਸਾਰਿਆਂ ਸ਼ਰਿਆਂ ਅਸੀਂ ਅਸਤੀਫਾ ਦਿੱਤਾ ਇੱਕ ਤੁਸੀਂ ਹੋਰ ਦੱਸੋ ਤੁਹਾਡਾ ਕੀ ਬਿਆਨ ਸੀ ਉਦੋਂ ਕਿ ਜਿਹੜਾ ਬਾਇਕਆਊਟ ਕਰੂਗਾ ਮਤਲਬ ਕੀ ਉਦੋਂ ਇਸ ਸਹਿਮਤੀ ਦੇ ਕੱਲੇ ਦੋ ਐਮ ਪੀ ਹੈ ਜਿਹੜੇ ਬਾਇਕਆਊਟ ਨੇ ਠੋਕੇ ਵੋਟ ਪਾਈ ਕਿ ਮੈਂ ਤੇ ਹੱਸ ਆਮ ਆਦਮੀ ਪਾਰਟੀ ਚਲੀ ਗਈ ਪਾਰਲੀਮੈਂਟ ਕਾਂਗਰਸ ਵਿੱਚ ਭਲਾ ਕਿਹੜੇ ਮਹੀਨੇ ਦੀ ਸੀ ਗੱਲ ਉਹ ਜਦੋਂ ਐਕਟ ਪਾਸ ਹੋਇਆ ਜਦੋਂ ਐਕਟ ਪਾਸ ਪਰ ਇਹ ਸਾਡਾ ਤੁਹਾਡੀ ਗੱਲ ਮੈਂ ਤੁਹਾਨੂੰ ਅੱਜ ਦੱਸਦਾ ਜਿਵੇਂ ਤੁਸੀਂ ਹੁਣ ਕਮੇਟੀ ਹੈ ਸੰਯੁਕਤ ਕਮੇਟੀ ਤੁਸੀਂ ਲਗਾਤਾਰ ਤੁਸੀਂ ਦੇਖੋ ਮੀਟਿੰਗ ਕਰੀ ਗਏ ਹੋਣਾ ਸੈਂਟਰ ਨਾਲ ਕੋਈ ਹੱਲ ਨਿਕਲੇ ਅਸੀਂ ਵੀ ਜਿਵੇਂ ਸਮਝ ਲਓ ਅਸੀਂ ਵੀ ਉਦੋਂ ਹੱਲ ਕਰ ਰਹੇ ਸੀ ਹੱਲ ਨਿਕਲੇ ਪਰ ਜਦੋਂ ਉਹਨਾਂ ਨੇ ਕਿਹਾ ਨਹੀਂ ਹੱਲ ਦੇਣਾ ਅਸੀਂ ਕਿਸਾਨਾਂ ਦਾ ਸਾਥ ਮੈਂ ਅਸੀਂ 30 ਸਾਲ ਦੀ ਸਾਥ ਮੈਂ ਮੈਨੂੰ ਬਾਦਲ ਸਾਹਿਬ ਤੋਂ ਵੱਡਿਆਂ ਦਾ ਫੋਨ ਆਇਆ ਕਹਿੰਦਾ ਕਾਕਾ ਆਪਾਂ ਬਿਲਕੁਲ ਨਹੀਂ ਰਹਿ ਸਕਦੇ ਨਾ ਜਿਹੜਾ ਜਿਹੜੇ ਆਪਣੀ ਪੰਜਾਬ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੇ ਕਿਸਾਨੀ ਦੀ ਆਪਾਂ ਗੱਲ ਕਰੀਏ 90% 95% ਮੰਡੀਆਂ ਤੁਸੀਂ ਆਰਟੀਏ ਕਢਾ ਲਓ ਉਹਦੇ ਬੜੀਆਂ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਜਿੰਨੀਆਂ ਕੱਸੀਆਂ ਖਾਲੇ ਪ੍ਰੋਗਰਾਮ ਬਾਦਲ ਸਾਹਿਬ ਜਿੰਨੇ ਟਿਊਬਵੈਲ ਕਨੈਕਸ਼ਨ ਦਿੱਤੇ ਗਏ ਅੱਜ 16 ਲੱਖ 12 ਲੱਖ ਅਕਾਲੀ ਸਰਕਾਰ ਨੇ ਟਿਊਬਵੈਲਾਂ ਦੇ ਬਿੱਲ ਮਾਫ ਅਕਾਲੀ ਦਲ ਸਰਕਾਰ ਨੇ ਅਸੀਂ ਦੱਸਾਂ ਕੀ ਹੈ ਆਪਾਂ ਸਾਡੇ ਜਿੰਨੇ ਕੁਛ ਹੋ ਸਕਦੇ ਮੇਰੇ ਚ ਹੋ ਸਕਦੇ ਆ ਪਰ ਆਪਣੀ ਆ ਪਾਰਟੀ ਹੈ ਜਿਹੜੀ ਕਿਸਾਨਾਂ ਦੀ ਪਾਰਟੀ ਮੈਂ ਕਿਤੇ ਬੋਲਿਆ ਨੀ ਸੀ ਮੈਨੂੰ 5 ਮਿੰਟ ਬੋਲਿਆ ਸੋ ਅਸੀਂ ਕੀਤਾ ਦੂਜੀ ਗੱਲ ਤੁਸੀਂ ਹੁਣ ਕਰ ਰਹੇ ਹੋ ਬਿਜਲੀ ਦੇ ਸਮਝੌਤੇ ਦੀ ਗੱਲ ਦੱਸਦਾ ਪ੍ਰਾਈਵੇਟ ਪਲਾਂਟ ਨਹੀਂ ਹੈ ਆਹ ਸਮਝ ਲਓ ਸਰਕਾਰੀ ਪਲਾਂਟ ਹੈ ਆਹ ਜਿਹੜੇ ਪਲਾਂਟ ਸਭ ਤੋਂ ਮੈਂ ਜੇ ਸਭ ਤੋਂ ਸਸਤੇ ਜੇ ਬਿਜਲੀ ਦੇ ਪਲਾਂਟ ਲੱਗੇ ਆ ਆਹ ਲੱਗੇ ਆ 2 ਰੁਪਏ 86 ਪੈਸੇ ਕਿਹੜੇ ਕਿਹੜੇ ਤਲਵੰਡੀ ਸਾਬੋ ਤੇ ਜਿਹੜਾ ਹੈਗਾ ਨਾ ਰਾਜਪੁਰ ਰਾਜਪੁਰ ਵਾਲਾ